ਬਾਬਜੂ ਕਿੱਦਾਂ? ਵਧੀਆ, ਸਾਰੇ ਠੀਕ ਠਾਕ ਹੋ? ਲੈ ਮਿੱਤਰੋ, ਤੁਹਾਨੂੰ ਇੱਕ ਕੰਮ ਦੀ ਗੱਲ ਦੱਸਣ ਲੱਗਿਆ। ਕੰਮ ਦੀ ਗੱਲ ਤਾਂ ਕੋਈ ਨਹੀਂ ਹੈਗੀ। ਸੁਲਤਾਨ ਨੇ ਡਰਦੇ ਮਰੇ ਨੇ ਨਾ ਬਾਪੂ ਤੋਂ, ਗਾਲਾਂ ਖਾਣ ਦੇ ਮਰੇ ਨੇ। ਭਲਵਾਨ ਨਾਲ ਹਿੱਸਾ ਪਾ ਲਿਆ ਕਬੂਤਰਾਂ 'ਚ, ਪੱਕੀਆਂ ਪੌੜੀਆਂ ਵੀ ਲਾਤੀਆਂ ਪੁੱਤਰ ਨੂੰ, ਬੈਠਾ ਬਾਲਟੀ ਦੇ ਆ। ਇਹ ਨਸਲੀ ਨੇ ਉਸਤਾਦ, ਵਧੀਆ ਨੇ, ਟੌਪ ਦੇ। ਸੁਲਤਾਨ ਉਹ ਪਰਾਂ ਕਿਉਂ ਨਹੀਂ ਰੱਖੇ ਹੈਗੇ? ਹੈਂ, ਪਰਾਂ ਕਿਉਂ ਨਹੀਂ ਰੱਖੇ ਦੱਸ? ਹਾਂ ਹਾਂ ਡਰਦੇ ਆ। ਆ ਕਿਹੜੇ ਉਸਤਾਦ? ਇਹ ਬੱਚੇ ਆ, ਇਹ ਸਾਰੇ ਆਪ ਕਢਾਏ ਆ ਕਿ ਲਿਆਂਦੇ ਆ? ਅੱਛਾ, ਓਕੇ। ਉੱਪਰਲੇ ਵੀ ਪਹਿਲਾਂ ਜਦੋਂ ਪਹਿਲਾਂ ਰੱਖੇ ਹੁੰਦੇ ਸੀ ਉਦੋਂ ਤਾਂ ਨਹੀਂ ਮੈਨੂੰ ਲੱਗਦਾ ਕਦੇ ਸਾਰੀ ਜ਼ਿੰਦਗੀ 'ਚ ਬੱਚੇ ਕਢਾਏ ਹੋਣੇ ਕਬੂਤਰਾਂ ਤੋਂ। ਅੱਛਾ, ਪਹਿਲਾਂ ਨਸਲ ਹੀ ਨਹੀਂ ਹੈਗੇ ਸੀ, ਅੱਧੇ ਮਗਰੋਂ ਗੰਜੇ ਜਗ੍ਹਾ ਤੋਂ। ਅੱਛਾ, ਇਹਨਾਂ ਦੀ ਪੂਛ ਆਈ ਨਹੀਂ ਹੈਗੀ। ਅੱਛਾ, ਓਕੇ। ਹੁਣ ਇਹਨੂੰ ਛਾਤਰੀ ਤੇ ਲਾ ਰਿਹਾ ਨੀਲੀ ਤੇ, ਠੀਕ ਆ। ਕੱਪੜਾ ਅੱਛਾ, ਇੱਕ ਉਹ ਵੱਡਾ ਕਬੂਤਰ ਆ ਗਿਆ। ਉਹ ਕਿਹੜੀ ਬਾਜੀ ਤੇ ਛੱਡਣਾ? ਆਹ ਕਬੂਤਰ ਉਹ ਉੱਥੇ ਜਿਹੜਾ ਜਿੱਥੇ ਵੱਡੇ ਨਾਮ ਹੋਣਗੇ, ਕਿਤੇ ਹੀਰਾ ਹੂਰਾ ਰੱਖਿਆ ਹੋਇਆ ਹੈ। ਇਹ ਨਸਲ ਕਿਹੜੀ ਆ? ਬਦਾਮ ਚਾਰ ਰਿਹਾ। ਨਸਲ ਕਿਹੜੀ ਆ ਇਹ? ਇਹ ਉਹ ਨਸਲ ਆ ਵੀ ਇੱਥੋਂ ਦੂਰ ਬਾਗੇ ਦੇ ਜਦੋਂ ਦੇਖਣ ਆਉਂਦਾ ਵੀ ਕਿੱਥੇ ਨੇ ਆਪਣੇ ਕਬੂਤਰ। ਇੱਕ ਆ ਬੈਠਾ ਮੈਕਸੀਕੋ ਵਾਲਾ, ਇੱਕ ਆ ਮੈਕਸੀਕੋ ਵਾਲਾ। ਸਹੀ ਗੱਲ ਹੈ, ਵਾਪਸ ਘਰ ਨੂੰ ਆ ਜਾਂਦੇ ਆ ਮੈਕਸੀਕੋ ਵਾਲਿਆ। ਨਹੀਂ, ਪਿੰਦਰ ਨਾਲ ਪਹਿਲਾਂ ਇੰਟਰੋਡਕਸ਼ਨ ਤਾਂ ਕਰਾ ਦਈਏ। ਇਹ ਹੈਗਾ ਭਾਈ ਬਚਪਨ ਦਾ ਯਾਰ, ਪਰ ਯਾਰੀ ਕੋਈ ਨਹੀਂ ਰਹੀ ਸਾਡੀ ਬਚਪਨ ਦੀ। ਬਚਪਨ 'ਚ ਸਾਡੀ ਡਾਂਗ ਮੁੱਕੀ, ਉਹ ਖੜ ਗਈ ਆ, ਉਹ ਉੱਥੋਂ ਸਟਾਰਟ ਹੋ ਗਈ ਸੀ ਸਕੂਲ ਤੋਂ। ਜਦੋਂ ਇੱਕ ਸਟੋਰੀ ਸੁਲਤਾਨ ਹੋਰ ਸੁਣਾਉਂਦੇ ਆ, ਖੜ ਜਾ ਮੈਂ ਇੱਧਰ ਨੂੰ ਕਰ ਲੈ ਵੀ ਇੱਕ ਯਾਦ ਤਾਜ਼ੀ ਕਰਦੇ ਆ। ਤਲਵਿੰਦਰ ਦੇ ਪਹਿਲਾਂ ਕਬੂਤਰ ਰੱਖੇ ਹੁੰਦੇ ਸੀ, ਅਸੀਂ ਨਵੇਂ ਹੀ ਲੈ ਕੇ ਆਏ ਸੀ। ਆਉਣ ਸਾਰ ਘਰੇ ਪਤਾ ਤਾਂ ਹੈ ਨਹੀਂ ਸੀ, ਚਾਹ ਦੇ ਮਾਰਿਆਂ ਨੇ ਕਬੂਤਰ ਉਡਾ ਤੇ, ਇੱਕ ਕਬੂਤਰ ਇਹਨੇ ਫੜ ਲਿਆ ਚਾਰੇ ਤੇ ਬੈਠਾ ਸੀ। ਮੈਂ ਫਿਰ ਕਹਿੰਦੇ ਫੈਸਲੇ ਘਰਦੇ ਨਹੀਂ ਕਰਾਏ ਨੇ ਆ ਕੇ, ਕਲੇਸ਼ ਪੂਰਾ। ਉਹ ਕਬੂਤਰ ਵੀ ਇੱਕ ਲੱਠਾ ਜਿਹਾ ਸੀ ਯਾਰ, ਉਹ ਤਾਰਾਂ ਤੇ ਕਦੇ ਉੱਥੇ ਬਹਿ ਜਾ ਕਦੇ ਨਾਲ, ਕੱਢੇ ਫੰਗ ਕੱਢੇ ਸੀ ਨਾ ਮੋਨੀ ਤੋਂ ਲਿਆਂਦਾ ਸੀ ਉਹ। ਹਾਂ, ਉਹ ਵੀ ਦੱਸ ਦਿੰਦੇ ਮੋਨੀ ਤੋਂ ਲਿਆਂਦਾ ਸੀ ਬਾਈ, ਹੈ ਉਹ ਅੰਨ ਦਾ ਹੀ ਬੈਰੀ ਸੀ, ਉਹਦਾ ਕੋਈ ਕੰਮ ਨਹੀਂ ਸੀ ਹੈਗਾ। ਨਹੀਂ, ਉਹਦੀ ਇੱਕ ਹੋਰ ਵੀ ਖਾਸੀਅਤ ਸੀ ਸੁਲਤਾਨ, ਜਿੱਦਣ ਆਪਣੇ ਕਬੂਤਰ ਆਪਾਂ ਛੱਡੇ ਨੇ ਉਹਨੇ ਕੁੱਤੀ ਨੇ ਮਾਰੇ ਸੀ, ਉਦਣ ਵੀ ਉਹੀ ਬਚਿਆ ਸੀ। ਇਹ ਸਾਲਾ ਸਿਆਸਤੀ ਸੀ, ਘਰੋਂ ਬਾਹਰ ਹੀ ਰਹਿੰਦਾ ਸੀ। ਜਾਣਕਾਰੀ ਦਊਗਾ ਤਲਵਿੰਦਰ ਆਪਾਂ ਨੂੰ ਵੀ ਕਿਹੜਾ ਕਬੂਤਰ ਕਿਹੜੀ ਨਸਲ ਦਾ। ਅੱਛਾ, ਇੱਕ ਉੱਪਰ ਲਾਂਗੀ ਆ ਵੀ ਬੱਚੇ ਹੀ ਆ ਸਰ। ਟੋਟਲ ਕਿੰਨੇ ਬੱਚੇ ਆ? ਗਣੇ ਨਹੀਂ ਗਏ, ਹੋਣਗੇ 15-20 ਕਿ ਬਈ। ਸਾਰੀ ਆਪ ਕਢਾਇਆ? ਹਾਂ, ਠੀਕ ਠੀਕ ਆ ਉਸਤਾਦ। ਬਾਜੀਆਂ ਵਾਲੇ ਕਿਹੜੇ ਆ? ਉਹ ਬਾਜੀਆਂ ਦੀ ਤਿਆਰ ਕਰ ਰਹੇ ਹਾਂ ਸਾਰੇ। ਹਾਂ, ਅੱਛਾ।
ਸਾਰੇ ਖੰਭ ਪੱਟੇ ਹੋਏ ਨੇ ਇਹਨਾਂ ਦੇ ਦੁਆਰੇ ਆ ਰਹੇ ਨੇ ਅੱਛਾ ਪਹਿਲੀ ਪਹਿਲੀ ਵਾਰ ਸਾਰੇ ਪੱਟ ਦੇਣੇ ਆ ਨਵੇਂ ਖੰਭ ਆ ਜਾਂਦੇ 10 ਪਰ ਸਾਫ ਹੋ ਜਾਂਦੇ ਨੇ ਅੱਛਾ ਆ ਰਹੇ ਨੇ ਓਕੇ ਇਹ ਇੱਕ ਇੱਕ ਇਹਨਾਂ ਦਾ ਜਵਾਕ ਆ ਇਹ ਆਪਣੇ ਮੁੱਲਾਂਪੁਰ ਤੋਂ ਆਏ ਹੋਏ ਨੇ ਜੋੜੇ ਸੁਲਤਾਨ ਬਾਈ ਨੇ ਦਵਾਏ ਤੇ ਇਹ ਮੁੱਲਾਂਪੁਰ ਤੋਂ ਆਏ ਹੋਏ ਆ ਜੋੜੇ ਉਹਨਾਂ ਦੇ ਬੱਚਾ ਸੁਲਤਾਨ ਇਹ ਸੁਲਤਾਨ ਇਹ ਪੌਣਾ ਵਿੱਚ ਗਰੋ ਬਲੌਗ ਦੇ ਮੁੱਲਾਂਪੁਰ ਵਾਲਿਆਂ ਦੇ ਦੀਸ਼ ਦਾ ਫੋਨ ਨਾ ਆ ਜਾਵੇ ਵੀ ਆ ਜਾਈਦਾ ਸਾਰੇ ਉਹਨਾਂ ਦੇ ਬੱਚੇ ਨੇ ਓਕੇ ਇਹ ਸਾਰੇ ਹੀ ਉਹਨਾਂ ਦੇ ਆ ਹਾਂ ਜਾਂ ਇੱਕ ਸਨਮਾਨ ਵਾਲੇ ਦੇ ਬੱਚੇ ਨੇ ਸਨਮਾਨ ਵਾਲਾ ਜੋੜਾ ਵੀ ਜਿਹੜਾ ਉਹ ਉਹ ਕਿਹਨਾਂ ਨੇ ਕੀਤਾ ਸਨਮਾਨ ਤੋਂ ਆਪਣੇ ਉਹਦੀ ਕਿਹੜਾ ਪਿੰਡ ਦੀ ਪੂਰੇ ਸੱਪਾ ਗਏ ਦੀ ਇੱਕ ਵਾਰ ਉਧਰ ਨਹੀਂ ਉਹ ਉੱਥੇ ਪੂਰੀ ਪੂਰੀ ਆਪਣੇ ਉੱਥੇ ਦਾ ਕਿਹੜਾ ਪਿੰਡ ਦੀ ਉਹਨਾਂ ਦਾ ਨੌ ਭੁੱਲ ਗਿਆ ਉਹ ਕੋਈ ਨਹੀਂ ਸੁਖਣਵਾਲ 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 ਵਾਲਾ ਕਾ ਬਚਾ ਉਹਨਾਂ ਦਾ ਇਹ ਉਸਤਾਦ ਹੁਣ ਉਡਾਉਂਦਾ ਕਾਤ ਨੂੰ ਇਹਨਾਂ ਦਾ ਰੀਜ਼ਨ ਕੀ ਆ ਉਪਰਲੇ ਬੈਠੇ ਉੱਡਦੇ ਨੀ ਨਾ ਮੈਂ ਊ ਕਹਿਣਾ ਮਹਾ ਅੱਛਾ ਅੱਛਾ ਇਹਨਾਂ ਨਸਲੀਆਂ ਦਾ ਕੀ ਚੱਕਰ ਹੁੰਦਾ ਵੀ ਕਿਹੜੇ ਉਹ ਆ ਸਾਡੇ ਭਰਾ ਨੂੰ ਕਬੂਤਰਾਂ ਦਾ ਸ਼ੌਂਕ ਆ ਬਾਪੂ ਤੋਂ ਟਾਲਦੇ ਮਾਰੇ ਨੇ ਕਬੂਤਰ ਰਖਾ ਤੇ ਮੇਰਾ ਵੀਰ ਜੇ ਕੋਈ ਪਿੰਡ ਚ ਹੋਰ ਹੈਗਾ ਘੋੜੇ ਰੱਖਣ ਦਾ ਸ਼ੌਂਕ ਉਹ ਵੀ ਸ਼ੌਂਕ ਹੈਗਾ ਇੱਕ ਉਹ ਘੋੜਿਆਂ ਦਾ ਸ਼ੌਂਕ ਰਹਿ ਗਿਆ ਹਲਦਨ ਉਹ ਵੀ ਕੋਈ ਬੰਦਾ ਲੱਭੀਏ ਇੱਕ ਲੰਡੀ ਜੀਪ ਦਾ ਵੀ ਆ ਉਹ ਲੰਡੀ ਜੀਪ ਦਾ ਕੀ ਕਰਨੀ ਆ ਸ਼ੌਂਕ ਤਾਂ ਸ਼ੌਂਕ ਆ ਜਿਪਸੀ ਵੱਢ ਦੋ ਉੱਪਰੋਂ ਹੈ ਸ਼ੌਂਕ ਤਾਂ ਬਹੁਤ ਨੇ ਪਰ ਦੂਰੋਂ ਦੂਰੋਂ ਆਵੇਂ ਕਬੂਤਰ ਵੀ ਦੂਰ ਚਾਹੀਦਾ ਕੁੱਤੇ ਵਾਲਾ ਵੀ ਕੁੱਤੇ ਦਾ ਵੀ ਆ ਕੁੱਤਾ ਵੀ ਦੂਰ ਚਾਹੀਦਾ ਜਿੱਦਣ ਦਾ ਆਇਆ ਕੁੱਤੇ ਨੂੰ ਹੱਥ ਨਹੀਂ ਲਾਇਆ ਬਸ ਸ਼ੌਂਕ ਦੂਰ ਦੂਰ ਦੇ ਨੇ ਅੱਜ ਮੈਂ ਬਹਿ ਗਿਆ ਬਸ ਹੁਣ ਬਾਰੇ ਕਹਿੰਦੇ ਦੋ ਟਾਈਮ ਗੰਗਾ ਚਾਹੀਦਾ ਹੁਣ ਕੌਣ ਸਰ ਮਿਲਿਆ ਕਿਨੂੰ ਸਭ ਤੋਂ ਪਹਿਲਾਂ ਕਿਨੂੰ ਤੂੰ ਕਿਸੇ ਨੂੰ ਵੀ ਨਹੀਂ ਮਿਲਿਆ ਹੈਗਾ ਸਭ ਤੋਂ ਪਹਿਲਾਂ ਤੂੰ ਸਵਰੀਨ ਨੂੰ ਮਿਲਿਆ ਸਵਰੀਨ ਦੇਖ ਲਾ ਤੈਨੂੰ ਨਹੀਂ ਮਿਲਿਆ ਹੈਗਾ ਸ਼ੇਰੂ ਨੂੰ ਪਹਿਲਾਂ ਮਿਲਿਆ ਬਾਲੀ ਬੇਇੱਜ਼ਤੀ ਵਾਲੀ ਗੱਲ ਆ ਯਾਰ ਨਹੀਂ ਤੈਨੂੰ ਸ਼ੌਂਕ ਆ ਕਬੂਤਰਾਂ ਦਾ ਐਂ ਦੱਸ ਵੀ ਕਿਹੜਾ ਕਬੂਤਰ ਇਹਨਾਂ ਚੋਂ ਸਾਰਿਆਂ ਨੂੰ ਵਧੀਆ ਉਹੀ ਕਹਿੰਦਾ ਵੀ ਕਿਹੜਾ ਵਧੀਆ ਸਾਰੇ ਵਧੀਆ ਅੱਛਾ ਬਦਾਮ ਦੇ ਦੇ ਅੱਛਾ ਆਹੋ ਉਸਤਾਦ ਨੇ ਤਾਂ ਸਪੈਸ਼ਲ ਕੁੱਤਾ ਵੀ ਰੱਖਿਆ ਬਿੱਲੀ ਆਉਂਦੀ ਆ ਉੱਥੇ ਕੁੱਤਾ ਤੁਸੀਂ ਦੇਖ ਸਕਦੇ ਹੋ ਉਹਦਾ ਕਹਿਣਾ ਤੁਸੀਂ ਦੇਖ ਸਕਦੇ ਹੋ ਉੱਥੇ ਕੁੱਤੇ ਦੇ ਨਿਸ਼ਾਨ ਪਿਆ ਧੂਫ ਪਈ ਆ ਕੁੱਤੇ ਦੀ ਕੁੱਤੇ ਆ ਕੁੱਤੇ ਦਾ ਸਮਾਨਾ ਪਿਆ ਤੁਸੀਂ ਦੇਖ ਸਕਦੇ ਹੋ ਇੱਥੇ ਹੁਣ ਮੈਨੂੰ ਬੀਪ ਪਾਉਣੀ ਪੈਣੀ ਹੈ ਗੰਦੇ ਚੀਜ਼ਾਂ ਦੇ ਨਾਂ ਨਹੀਂ ਲੈਣੇ ਹੈਗੇ ਤੁਸੀਂ ਨੇ ਵਿੱਚ ਹਾਂ ਵੀ ਤਲਵਿੰਦਰ ਦੱਸ ਬੜੀ ਡਿਮਾਂਡ ਆ ਰਹੀ ਆ ਕਹਿੰਦੇ ਤਲਵਿੰਦਰ ਤੋਂ ਪਤਾ ਕਰਕੇ ਦੱਸਿਓ ਵੀ ਬੱਚੇ ਕਿਵੇਂ ਪਾਲੇ ਨੇ ਕਹਿੰਦੇ ਬੜੇ ਬਦਾਮ ਚਾ ਰਹੇ ਇਹਨਾਂ ਨੂੰ ਸ਼ੁਰੂ ਕਰਨੇ ਨੇ ਇਹਨਾਂ ਨੂੰ ਅੱਛਾ ਉਹ ਐਵੇਂ ਮਰੀ ਜਾਂਦਾ ਉਹ ਪਾਉਣੇ ਆ ਬਦਾਮ ਦੀ ਹੁਣ ਜਦੋਂ ਉਡਾਰੀ ਕਰਾਵਾਂਗੇ ਇਹਨਾਂ ਦੀ ਉਡਾਰੀਆਂ ਹਾਂ ਫਿਰ ਪਾਵਾਂਗੇ ਬਦਾਮ ਓਕੇ ਓਕੇ ਕੋਈ ਮਾੜਾ ਮੋਟਾ ਗੁਰੂ ਵੀ ਧਾਰਿਆ ਵਾ ਕੋਈ ਕਬੂਤਰ ਵਾਲਾ ਗੁਰੂ ਨੂੰ ਕਦੇ ਬਾਜੀ ਤੇ ਲੈ ਗਿਆ ਗੁਰੂ ਨੇ ਗੱਡੀ ਲੱਭ ਕੇ ਸੌ ਜਾਣਾ ਕਹਿਣਗੇ ਕਬੂਤਰ ਕਿੱਥੇ ਕਹਿਣਗੇ ਕਬੂਤਰ ਗੁਰੂ ਜ਼ਰੂਰ ਦਿੱਤਾ ਪਿਆ ਕਬੂਤਰ ਪਤਾ ਨੀ ਕਿੱਥੇ ਆ ਗੁਰੂ ਨੂੰ ਕੁਛ ਨੀ ਪਤਾ ਹੈਗਾ ਉਹ ਕਹਿੰਦੇ ਸਵੇਰੇ 6 ਵਜੇ ਦੀ ਡਾਈ ਹੋਈ ਆ ਕਰੀਬ 2 ਕੁ ਵੱਜ ਗਿਆ ਤੇ ਹਜੇ ਤੱਕ ਉਤਰੀ ਨਹੀਂ ਹੈਗੀ ਉਹਦੀ ਤਿਆਰੀ ਚੱਲ ਰਹੀ ਆ ਪ੍ਰੈਕਟਿਸ ਚੱਲ ਰਹੀ ਆ ਪੂਰੀ ਉਸਤਾਦ ਰੋਜ਼ 6-7 ਵਜੇ ਬਹਿੰਦੀ ਆ ਕਿ ਪਹਿਲਾਂ ਹੀ ਉਤਰ ਆਉਂਦੀ ਆ
ਡਿਊਟੀ ਜਾਣ ਤੋਂ ਪਹਿਲਾਂ ਪਹਿਲਾਂ ਤਾਰ ਲੈਂਦੀ ਆ। ਲੈ ਗੱਗੋ ਦੀ ਹਾਂਕ ਆ ਗਈ। ਓ ਗੱਗੋ ਕਿੱਦਾਂ? ਠੀਕ ਆ, ਵਧੀਆ। ਅੱਛਾ ਉਸਤਾਦ, ਫਿਰ ਜਾਣ ਲੱਗਾ ਇਹਨੂੰ ਤਾਰ ਕੇ ਜਾਣਾ ਹੈ। ਬੀਜਣੀ ਕਿ ਰੋਜ਼ 10 ਘੰਟੇ ਲਾ ਦਿੰਦੀ ਆ। ਕੱਲੀ ਉੱਡਦੀ ਰਹੇ, ਕੱਲੀ ਉਡਾਉਣਾ, ਕੱਲੀ ਆਪ ਉੱਡ ਜਾਂਦੀ ਆ। ਅੱਛਾ ਵਧੀਆ ਚੀਜ਼ ਆ ਉਸਤਾਦ, ਪਰ ਇਹਨੂੰ ਰੋਜ਼ ਤਾਂ ਨਹੀਂ ਉਡਾਉਂਦਾ ਹੋਵੇਗਾ ਵੀ? ਇਹਨੂੰ ਆਪ ਹੀ ਉੱਡ ਜਾਂਦੀ ਆ। ਅੱਛਾ ਇਹਨੂੰ ਚਾਹ ਹੀ ਆ, ਇਹਨੂੰ ਮਿਹਨਤ ਕਰਨ ਦਾ, ਟੌੜੇ ਵਾਂਗ ਟੌੜੇ ਵਾਂਗ ਚਾਹ ਆ ਮਿਹਨਤ ਕਰਨ ਦਾ। ਅੱਛਾ ਫਿਰ ਇਹਦੇ ਬੱਚਿਆਂ ਨੂੰ ਮੈਂ ਕਹਿੰਦਾ ਇਹਦੇ ਨਾਲ ਵਧੀਆ ਰਹੂ, ਇਹ ਵੀ ਉੱਡਿਆ ਕਰਨਗੇ ਨਾਲੇ। ਅੱਛਾ ਖੁੱਡੇ ਜਾ, ਲੈ ਆਪਾਂ ਖੁੱਡੇ ਵਾਲੇ ਵੀ ਦੇਖੀਏ ਬਾਬੇ, ਉਹ ਖੁੱਡੇ ਵਾਲੇ ਬਚੇ। ਉਹ ਕੁੱਤੇ ਦਾ ਮੈਂ ਬਿੱਲੀ ਦਾ ਤਾਂ ਨਾਂ ਹੀ ਰੱਖਿਆ ਵੀ, ਉੱਥੇ ਬਿੱਲੀ ਆ, ਇੱਥੇ ਸਾਡੇ ਕਹਿੰਦੇ ਪਿੰਜਰਾ ਪੁੰਜਰਾ ਵੀ ਤੋੜਦੇ ਆ ਤਾਂ ਕਰਕੇ ਉਹ ਰੱਖਿਆ ਹੋਇਆ। ਉਹਨਾਂ ਨੂੰ ਰੱਖਿਆ ਹੋਇਆ ਉਸਤਾਦ। ਕੋਈ ਮੁੜੇ ਪਰੇ ਆ ਪਿਆ ਜਾਣਾ ਹਨਾ ਅੰਦਰ ਨੂੰ, 2 ਮਿੰਟ ਬੈਠਣਾ ਇਹਨਾਂ ਨੇ। ਤੈਨੂੰ ਨੀ ਪਤਾ ਆਪਦੇ ਕਮਰੇ ਦਾ? ਓਏ ਕੀ ਦੇਖਦਾ? ਆ ਦੇਖ ਬਾਹਰੇ ਆ ਗਿਆ ਪੁੱਤ, ਉਹ ਫੜ ਲਾ, ਉਹ ਫੜ ਲਾ, ਭੱਜ ਫੜ ਲਾ। ਨਹੀਂ ਨਹੀਂ ਕਹਦੇ ਗੱਭਰੂ ਟੈਰ ਟੂਰ ਚੈੱਕ ਕਰਦਾ ਹੋਇਆ ਕਬੂਤਰ ਦੇ। ਫਿਰ ਜ਼ਿਆਦਾ ਔਖਾ ਹੋ ਗਿਆ। ਵੀਰੇ ਨੂੰ ਤਾਂ ਪਛਾਣਦੇ ਨੇ ਸਾਰੇ, ਕਿ ਨਹੀਂ? ਤੁਸੀਂ ਦੱਸੋ ਵੀਰ ਜੀ ਕੋਈ ਕਬੂਤਰਾਂ ਬਾਰੇ? ਕਬੂਤਰਾਂ ਦੇ ਕਬੂਤਰਾਂ ਵਾਲੇ ਉੱਪਰ ਦੀ ਨੇ ਉੱਤੇ ਦੀ, ਮਤਲਬ ਤੇਰੀ ਮਤਲਬ ਉਹਨੇ ਬਸੋਂ ਬਾਹਰ ਦੀ ਗੱਲ ਆ, ਆਪਾਂ ਰੱਖੇ ਸ਼ੌਂਕ, ਆਪਾਂ ਨੂੰ ਆਪਣੀ ਨੌਲੇਜ ਨਹੀਂ। ਅੱਛਾ ਸ਼ੌਂਕ ਤੇ ਨੌਲੇਜ 'ਚ ਫਰਕ ਹੁੰਦਾ? ਉਸਤਾਦ ਉਸਤਾਦ ਚੇਂਜ ਕਰ, ਆਪਦਾ ਉਸਤਾਦ ਚੇਂਜ ਕਰ, ਇਹਨੇ ਤਾਂ ਵਿੜਾ ਕਰਕੇ ਕਰ ਦੇਣਾ ਸਾਰੇ ਕਾਸੇ ਦਾ। ਚੱਲ ਪਿਆ ਚੱਲ ਪਿਆ ਚੱਲ ਪਿਆ ਕੰਮ ਚੱਲ ਪਿਆ। ਇਹ ਕੈਂਚੀ ਲੱਤ ਦਾ ਵਜਨੇ ਬਹੁਤ ਇਹਦੇ ਲਈ। ਜੇ ਕਿਸੇ ਨੇ ਗਲਤੀ ਫੜਤੀ ਕੱਢਤੀ ਨਾ ਬਲੌਗ ਦੇ ਵਿੱਚ, ਕੁੱਟ ਤੇਰੇ ਪੈਣੀ ਆ। ਜੇ 100K ਆ ਗਿਆ, 8000 ਚੱਕ ਲਈ, ਤੇਰੀ ਜ਼ਿੰਮੇਵਾਰੀ ਆ 100K ਲੈ ਕੇ ਆਉਣ ਦੀ। ਆਹੋ 100K ਦੇ ਮਗਰ ਆਪਾਂ ਨੂੰ 8000 ਕਰ ਜਾਣਾ ਦੱਬ ਕੇ ਨੇ, ਕੀ ਕਰਨਾ ਤੂੰ? ਤੇਰੀ ਗਲਤੀ ਹੋਈ, ਕਿਉਂਕਿ ਤੈਂ ਕੋਈ ਵੀ ਬਲੌਗ ਵੀਡੀਓ ਚੰਗੀ ਨਹੀਂ ਬਣਾਈ ਹੈਗੀ, ਕੋਈ ਵੀ ਨਹੀਂ ਬਣਾਈ।
ਕਬੂਤਰ ਕਹਿੰਦੇ ਰੋਬ ਤਾਂ ਇੰਨਾ ਹੋਣਾ ਚਾਹੀਦਾ ਦੇਖ ਲਾ ਕਬੂਤਰ ਦੋ ਦੋ ਘਰ ਛੱਡ ਕੇ ਰੱਖੇ ਹੋਏ ਆ ਘੋੜਿਆਂ ਵਾਲਾ ਵੀ ਲੱਭੀ ਕੋਈ ਤਲਵਿੰਦਰ ਘੋੜਿਆਂ ਵਾਲਾ ਵੀ ਲੱਭ ਕੋਈ ਹੈ ਦੋ ਪਿੰਡ ਛੱਡਣੇ ਪੈਣੇ ਆ ਨਾਲੇ ਉਹ ਪਹਿਲਾਂ ਤਾਂ ਇੰਨੇ ਕਬੂਤਰ ਹੁੰਦੇ ਸੀ ਬਾਬਿਓ ਉਹ ਸਾਰਾ ਭਰਿਆ ਹੋਇਆ ਸੀ ਆਪਣਾ ਸਾਰੇ ਉਹਦੇ ਵਿੱਚ ਕਬੂਤਰੇ ਕਬੂਤਰ ਸੀ ਉਹ ਚਵਾਰੀ ਕਬੂਤਰਾਂ ਲਈ ਰੱਖਿਆ ਸੀ ਫਿਰ ਬਿਮਾਰੀ ਪੈ ਗਈ ਸਾਰਿਆਂ ਨੂੰ ਫਿਰ ਉੱਧਰੋਂ ਸਾਰਾ ਕੁਛ ਹੁਣ ਥੋੜੇ ਟਾਈਮ ਲਈ ਉੱਧਰੋਂ ਆਪਾਂ ਨੇ ਉਹਨੂੰ ਵਾਸ਼ ਆਊਟ ਕਰਤਾ ਹੁਣ ਉੱਥੇ ਸਪਰੇਅ ਸਪਰੂ ਮਾਰੀ ਹੋਈ ਆ ਹਾਂ ਹੁਣ ਉਹ 'ਚ ਥੋੜ੍ਹੀ ਬਿਮਾਰੀ ਦਾ ਚੱਕਰ ਸੀ ਇੱਕ ਉਹਦਾ ਚੱਕਰ ਇਹ ਸੀ ਉਹ ਪੱਕਾ ਸੀ ਹੁਣ ਅੰਦਰੋਂ ਲਿਪਿਆ ਲੁਪਿਆ ਉਹ ਅੰਦਰ ਲਿਪ ਕੇ ਉਹਨੂੰ ਰੈਡੀ ਕਰ ਰਹੇ ਹਾਂ ਤਾਂ ਕਰਕੇ ਫਿਰ ਹੁਣ ਵਾਪਸ ਉੱਧਰ ਲੈ ਕੇ ਜਾਣੇ ਆ ਹਾਂ ਉਹ ਨਹੀਂ ਨਹੀਂ ਹੁਣ ਟਾਈਮ ਲੱਗੂ ਉਹਨੂੰ ਪੱਕੇ ਕਰਕੇ ਬਿਮਾਰੀ ਪੈਂਦੀ ਸੀ ਆਹ ਵੀ ਬਾਹਰੋਂ ਆ ਅੰਦਰੋਂ ਸਾਰਾ ਆਪਾਂ ਨੇ ਲਿਪਿਆ ਹੋਇਆ ਇਹ ਲੈ ਬਈ ਜ਼ੂਮ ਕਰਤਾ ਉਹਨਾਂ ਬਾਰੇ ਤਲਵਿੰਦਰ ਜਾਣਕਾਰੀ ਦਊਗਾ ਤਲਵਿੰਦਰ ਹਾਂ ਬਈ ਆਪਣੇ ਤਾਂ ਨਹੀਂ ਹੈਗੇ ਚੱਲ ਹੈ ਤਾਂ ਆਪਣੇ ਪਿੰਡ ਦੇ ਨੇ ਮੱਦੀ ਕਿਹਦੇ ਉਹ ਬਾਬੂ ਅਰਪਣ ਦੇ ਉਹ ਹੈਗੇ ਬਾਈ ਅਰਪਣ ਦੇ ਛਾਤਰੀ 'ਤੇ ਲਾ ਤੇ ਉਹ ਉੱਪਰ ਬਿਠਾ ਤੇ ਸਾਡੇ ਪਿੰਡ 'ਚ ਜਿਵੇਂ ਕਹਿੰਦੇ ਨੇ ਭਲਵਾਨਾਂ ਦੇ ਦੋ ਖਾੜੇ ਉਵੇਂ ਦੋ 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 ਖੁੱਡੇ ਹੋ ਗਏ ਇੱਕ ਆਹ ਖੁੱਡਾ ਹੋ ਗਿਆ ਤਲਵਿੰਦਰ ਖੁੱਡਾ ਇਹ ਤਲਵਿੰਦਰ ਦਾ ਖੁੱਡਾ ਉਹ ਹੋ ਗਿਆ ਅਰਪਣ ਦਾ ਖੁੱਡਾ ਹੁਣ ਮੈਨੂੰ ਲੱਗਦਾ ਹੌਲੀ ਹੌਲੀ ਕਰੇਜ਼ ਆਊਗਾ ਵਾਪਸ ਜਦੋਂ ਤਲਵਿੰਦਰ ਨੇ ਲਿਆਂਦਾ ਨਾ ਇੱਕ ਅੱਧਾ ਟਰੈਕਟਰ ਜਿੱਤ ਗਿਆ ਪਿੰਡ 'ਚ ਫਿਰ ਸਾਰਿਆਂ ਨੂੰ ਰੀਤ ਪੈ ਜਾਣੀ ਆ ਬਾਬਾ ਕਰੇ ਕਿਰਪਾ ਇਹਨਾਂ 'ਚੋਂ ਲੈ ਕੇ ਆਵੇ ਇੱਕ ਅੱਧਾ ਟਰੈਕਟਰ ਜਿੱਤ ਗਏ ਹਨਾ ਉਸਤਾਦ ਕਰਾਉਣਗੇ ਅੱਤ ਮਿਹਨਤ ਫਲ ਤਾਂ ਫਿਰ ਮਿਲੂਗਾ ਜੀ ਆਹ ਬੱਚਾ ਉਤਰਿਆ ਅੱਛਾ ਛਾਤਰੀ ਦੇ ਪੱਕੇ ਹੀ ਲਾਤੇ ਓਕੇ 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 ਘੈਂਟ ਆ ਘੈਂਟ ਆ ਉਸਤਾਦ ਕੰਮ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਬਸ ਸਾਡੇ ਵਾਲੇ ਬਾਪੂ ਤੋਂ ਡਰ ਲੱਗਦਾ ਹੈ ਜੋਤੀ ਸ਼ੌਂਕ ਤਾਂ ਨਹੀਂ ਬਸ ਕੰਮ ਜਾਂ ਸੈੱਟ ਆਏ ਵੇ ਜੋਤੀ ਉੱਥੇ ਵੀ ਰੱਖ ਲੈਣੇ ਆਪਾਂ ਨੂੰ ਵਿਹਲਾ ਹੀ ਹੁੰਦਾ ਕੋਈ ਕੰਮ ਤਾਂ ਕਰਦਾ ਨਹੀਂ ਕਬੂਤਰ ਰਖਾ ਲੈਣੇ ਉਹਨੂੰ ਉਸਤਾਦ ਤੈਂ ਇੱਕ ਐਵੇਂ ਤਾਂ ਹਨਾ ਦੋ ਚਾਰ ਤੂੰ ਉਹਦੇ ਲਈ ਵੀ ਰੱਖੇ ਹੋਣੇ ਹਨਾ ਬਗਾਰ ਦੇ ਲਈ ਕਈ ਵਾਰ ਤਾਕੜੀ ਬਗਾਰ ਆ ਜਾਵੇ ਕੋਈ ਫਿਰ ਉਹਦੇ ਲਈ ਵੀ ਕਹਿੰਦੇ ਸੁਣਿਆ ਵੀ ਕਹਿੰਦੇ ਬੰਦੇ ਰੱਖਦੇ ਆ ਕਬੂਤਰ ਇੱਕ ਅੱਧੇ ਵਧੀਆ ਕਬੂਤਰਾਂ ਦੇ ਨਾਲ ਹੁਣ ਕਹੇ ਹਲੇ ਬਗਾਰ ਵਾਲੇ ਦਾ ਹਜੇ ਤਾਂ ਆਪਾਂ ਪਾਈ ਦੀਆਂ ਲੋਕਾਂ ਨੂੰ ਹਜੇ ਤਾਂ ਪਾਈ ਦੀਆਂ ਨੇ ਬਗਾਰਾਂ ਹਾਂ ਬਸ ਚਲਾ ਲਾ ਕੋਈ ਚੱਕਰ ਨੀ ਆ ਗਏ ਤੂੰ